ਜ਼ਿਲ੍ਹਾ ਰੂਪਨਗਰ ਦੇ ਨਾਲ ਲੱਗਦੇ ਇਲਾਕਿਆਂ 'ਚ ਆਏ ਹੜ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਪਿੰਡ ਫੂਲਖੁਰਦ, ਰਣਜੀਤਪੁਰਾ ਅਤੇ ਪਿੰਡ ਫੰਦੀ ਦੇ ਲੋਕਾਂ ਦਾ ਕੀਤਾ ਹੈ। ਦੱਸਣਯੋਗ ਹੈ ਕਿ ਹੜ੍ਹ 18 ਅਗਸਤ ਨੂੰ ਆਏ ਸੀ, ਪਰ ਇਸ ਦੇ ਬਾਅਦ 2 ਦਿਨਾਂ ਤੱਕ ਇਹਨਾਂ ਪਿੰਡਾਂ 'ਚ 6 ਤੋਂ 7 ਫੁੱਟ ਤੱਕ ਪਾਣੀ ਚੜਿਆ ਰਿਹਾ, ਜਿਸ ਕਰਕੇ ਲੋਕਾਂ ਦੇ ਘਰਾਂ 'ਚ ਪਿਆ ਸਾਰਾ ਸਮਾਨ, ਦਾਣਾ ਪਾਣੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਇਸੇ ਤਰ੍ਹਾਂ ITI ਰੂਪਨਗਰ 'ਤੇ ਸਥਿਤ 285 ਝੁੱਗੀਆਂ 'ਚ ਰਹਿੰਦੇ ਪਰਿਵਾਰਾਂ ਦੇ ਸਿਰ 'ਤੇ ਵੀ ਛੱਤ ਨਹੀਂ ਰਹੀ ਹੈ, ਨਾ ਰੋਟੀ ਖਾਣ ਨੂੰ ਹੈ ਅਤੇ ਨਾ ਕੱਪੜਾ। ਹੜ੍ਹ ਪੀੜਤ ਲੋਕਾਂ ਅਤੇ ਗੁਰੂ ਘਰਾਂ ਵੱਲੋਂ ਭੇਜੀ ਜਾ ਰਹੀ ਰਾਹਤ ਸਮੱਗਰੀ ਨਾਲ ਹੀ ਇਹ ਲੋਕ ਆਪਣਾ ਪੇਟ ਭਰ ਰਹੇ ਹਨ। 285 ਪਰਿਵਾਰ ਇਸ ਵੇਲੇ ਦਿਨ ਅਤੇ ਰਾਤ ਸੜਕਾਂ 'ਤੇ ਕੰਢੇ ਕੱਟ ਰਹੇ ਹਨ। ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਤਾਂ ਇਹ ਹੈ ਕਿ ਹੜ੍ਹ ਪੀੜਤ ਇਹਨਾਂ ਪਿੰਡਾਂ ਵਿੱਚ 18 ਤਰੀਕ ਤੋਂ ਬਾਅਦ ਨਾ ਬਿਜਲੀ ਹੈ ਨਾ ਪੀਣ ਲਈ ਪਾਣੀ, ਜਿਸ ਕਰਕੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧੀਆਂ ਹੋਈਆਂ ਹਨ। ਉੱਥੇ ਹੀ ਰੂਪਨਗਰ ਦੇ SDM ਹਰਜੋਤ ਕੌਰ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ, ਜਿੱਥੇ ਜ਼ਰੂਰੀ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਕੱਪੜੇ ਵੀ ਵੰਡੇ ਜਾ ਰਹੇ ਹਨ, ਇਸ ਦੇ ਨਾਲ ਹੀ ਰਾਸ਼ਨ ਦੇ ਬਣਾਏ ਪੈਕਟ ਵੀ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਹਾਂਜੀ ਸਰ, ਮੇਰਾ ਨਾਮ ਬਲਵਿੰਦਰ ਕੌਰ ਹੈ ਜੀ, ਫੂਲ ਖੁਰਦ ਤੇ ਬੋਲਦੀ। ਮੈਂ ਸਾਡਾ ਜੀ ਸਰ ਜੀ ਮੈਂ ਸਾਰਾ ਹੀ ਸਮਾਨ ਖਰਾਬ ਹੋ ਗਿਆ ਜੀ ਸਾਡਾ, ਇੱਕ ਵੀ ਨਾ ਬਹੂਆਂ ਦੇ, ਤਿੰਨ ਬਹੂਆਂ ਤਿੰਨਾਂ ਦੇ ਦਾਜ, ਸਾਰੇ ਕੱਪੜੇ ਲੀੜਾ ਕੋਈ ਨਹੀਂ ਜੀ ਬਚਿਆ ਸਾਡਾ। ਹਾਂਜੀ ਸਾਡੇ ਕੋਲ ਹਲੇ ਸਰਕਾਰ ਦੀ ਕੋਈ ਮਦਦ ਨਹੀਂ ਆਈ, ਸਾਡੇ ਕੋਲ ਤਾਂ ਪਿੰਡਾਂ ਵਾਲੀ ਦੇ ਰਹੇ ਰੋਟੀ ਪਾਣੀ ਸਾਨੂੰ ਵਿਚਾਰਿਆਂ ਨੂੰ, ਚਾਰਾ ਦੇ ਕੇ ਗਏ ਡੰਗਰਾਂ ਨੂੰ, ਹਾਂਜੀ ਰੋਟੀ ਦੇ ਕੇ ਗਏ, ਚਾਹ ਦੇ ਕੇ ਗਏ ਆ, ਕੱਲ੍ਹ ਪਰਸੋਂ ਦੇ ਰਹੇ, ਪਰ ਸਰਕਾਰ ਹਲੇ ਕੋਈ ਨਹੀਂ ਪਹੁੰਚਿਆ ਸਰਕਾਰ। ਜ਼ਿੰਦਗੀ ਤਾਂ ਸਾਲ ਹੀ ਲੱਗ ਜਾਣੇ, ਮਹੀਨਾ ਤਾਂ ਸਾਫ਼ ਕਰਨ ਨੂੰ ਲੱਗ ਜਾਣਾ ਜੀ, ਆਹ ਤੁਹਾਡੇ ਸਾਹਮਣੇ ਹੀ ਆ, ਤੁਸੀਂ ਦੇਖ ਹੀ ਰਹੇ ਆ ਵੀ ਆਪਣਾ ਘਰ ਦਾ ਕਿਆ ਹਾਲ ਆ। ਪਰਸੋਂ ਦੇ ਮੁੰਡੇ ਲੱਗੇ ਵੇ ਆ, ਤਿੰਨੇ ਮੁੰਡੇ ਲੱਗੇ ਵੇ ਪਰਸੋਂ ਦੇ, ਬਹੂਆਂ ਲੱਗੀਆਂ ਵੇ, ਮੈਂ ਲੱਗੀ ਵੀ ਹਾਂ, ਨਿਆਣੇ ਵਿਚਾਰੇ ਲੱਗੇ ਵੇ ਆ, ਸਕੂਲਾਂ 'ਤੇ ਛੁੱਟੀ ਕਰਾਈ ਵੀ ਉਹਨੂੰ, ਕਿਆ ਕਰੀਏ ਹੁਣ, ਵਿਚਾਰੇ ਥੱਕੇ ਪਏ ਆ, ਬੁਰਾ ਹਾਲ ਹੋਇਆ ਪਿਆ ਨਿਆਣਿਆਂ ਦਾ। ਸਰਕਾਰ ਕੰਨੀ ਤੇ ਵੀ ਹਾਂ ਬਾਈ ਵੀ ਤੁਹਾਨੂੰ ਸਰਕਾਰ ਨੇ ਕੁਛ ਚਾਹੀਦਾ ਤਾਂ ਨੀ, ਲਿਆਓ ਤੁਹਾਡੀ ਚਿੱਕੇ ਕਢਾ ਦੀ ਅੰਦਰ ਤੇ ਕੁਛ ਨੀ ਆਇਆ ਕੋਈ ਵੀ, ਚਾਹ ਪਾਣੀ ਰੋਟੀ ਪਾਣੀ ਪਿੰਡ ਦੇ ਲੋਕ ਦੇ ਰਹੇ ਆ ਲੋਕਾਂ ਦੇ ਆ ਕੇ ਬਾਹਰ ਦੇ ਪਿੰਡਾਂ ਦੇ। ਸਕੂਲਾਂ ਦੇ ਵੀ ਬਹੁਤ ਹਾਲਾਤ ਮਾੜੇ ਆ ਜੀ ਸਾਡੇ, ਸਕੂਲ ਦਾ ਤਾਂ ਮਾੜਾ ਹੀ ਇੱਥੇ ਦਾ। ਪੰਜਾਬ 'ਚ ਹੜ੍ਹਾਂ ਨੇ ਬੇਹਾਲ ਕੀਤੇ ਲੋਕਾਂ ਦੀ ਜ਼ਿੰਦਗੀ ਨੂੰ ਹਾਲੇ ਪਟੜੀ 'ਤੇ ਆਉਣ ਲਈ ਕਿੰਨੇ ਦਿਨ ਲੱਗਣੇ ਹਨ ਇਹ ਤਾਂ ਕਹਿਣਾ ਮੁਸ਼ਕਿਲ ਹੈ, ਪਰ ਹੜ੍ਹਾਂ ਦੀ ਤਬਾਹੀ ਦਾ ਸੰਤਾਪ ਹੰਢਾ ਰਹੇ ਇਹਨਾਂ ਲੋਕਾਂ ਦੀਆਂ ਨਜ਼ਰਾਂ ਹੁਣ ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਮਾਲੀ ਮਦਦ 'ਤੇ ਟਿਕ ਰਹੀਆਂ ਹਨ। ਇਸ ਲਈ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਹੋਏ ਨੁਕਸਾਨ ਦੀ ਗਿਰਦਾਵਰੀ ਕਰਕੇ ਪੀੜਿਤ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਇਹਨਾਂ ਹੜ੍ਹ ਪੀੜਤਾਂ ਦੀ ਜ਼ਿੰਦਗੀ ਦੀ ਰੇਲ ਮੁੜ ਤੋਂ ਪਟੜੀ 'ਤੇ ਆ ਸਕੇ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।